हाय गाइस, होप करते हैं तुसी सारे ठीक होंगे। हाँ जी, अज मैं तुहानू ब्लॉक प्रिंटिंग बारे नॉलेज देन जा रही हाँ, जिहड़ी कि अज तक मैं अपने पेज दे उत्ते नहीं दित्ती। यह हैगा जी अपना वुडन दा बॉक्स, जिहड़ा आपां ब्लॉक प्रिंटिंग लई यूज़ करदे हाँ, मेनली जिहदे विच कलर बनदा है। यह लक्कड़ दा बॉक्स है, यह अंदरों इहदी लेंथ हैगी 18.5 और चौड़ाई हैगी 14.5। ਇਹਦੇ ਵਿੱਚ ਆਪਾਂ 6 ਲੇਅਰ ਰੱਖ ਕੇ ਸ਼ੀਟਸ ਦਾ, ਜਿਹੜੇ ਵੀ ਮਟੀਰੀਅਲ ਦੀਆਂ ਸ਼ੀਟਸ ਨੇ ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਉਹਦਾ ਬੈੱਡ ਬਣਾਵਾਂਗੇ ਔਰ ਉਹਦੇ ਉੱਪਰ ਆਪਣਾ ਕਲਰ ਹੋਏਗਾ। ਇਹ ਹੈਗੀ ਹੈ ਜੀ 1/2 ਇੰਚ ਮੋਟੀ ਸਪੰਜ, ਜਿਹੜੀ ਕਿ ਆਪਾਂ ਫਸਟ ਲੇਅਰ ਉਹਦੇ ਵਿੱਚ ਰੱਖਣੀ ਹੈ ਬਾਕਸ ਦੇ ਵਿੱਚ। ਸੋ ਇਹਨੂੰ ਆਪਾਂ 18.5 ਲੈਂਥ ਔਰ 14.5 ਵਿਰਥ ਦੇ ਅਕੋਰਡਿੰਗ ਆਪਾਂ ਕਟਿੰਗ ਕਰਾਂਗੇ। ਇਸ ਤੋਂ ਬਾਅਦ ਆਪਾਂ ਜਿਹੜੀ ਸ਼ੀਟ ਰੱਖਾਂਗੇ ਇਹਦੇ ਉੱਪਰ ਉਹ ਰੱਖਾਂਗੇ ਬੈਗਾਂ ਲਈ ਕੁਇਲਟ, ਜਿਹੜੀ ਬੈਗ ਬਣਾਉਣ ਲਈ ਕੁਇਲਟ ਯੂਜ਼ ਹੁੰਦੀ ਹੈ ਇਹ ਵਾਲੀ ਪਤਲੀ ਫੋਮ ਸਿੰਗਲ, ਇਹਦੀ ਸ਼ੀਟ ਆਪਾਂ ਲੈਣੀ ਹੈ। ਇਹਦੀਆਂ 2 ਲੇਅਰਸ ਕੱਟ ਕਰਾਂਗੇ, 2 ਲੇਅਰ ਲੱਗਣਗੀਆਂ। ਇਸ ਤੋਂ ਬਾਅਦ ਆਪਾਂ ਨੇ ਰੈਕਸਨ ਦੀ ਸ਼ੀਟ, ਜਿਹਨੂੰ ਤੁਸੀਂ ਆਪਣਾ ਲੈਦਰ ਦੀ ਸ਼ੀਟ ਵੀ ਬੋਲ ਸਕਦੇ ਹੋ, ਇਹ ਵੀ ਈਜ਼ੀਲੀ ਤੁਹਾਨੂੰ ਮਿਲ ਜਾਂਦੀ ਹੈ, ਸੋਫੇ ਵਾਲੇ ਤੋਂ ਵੀ ਮਿਲ ਜਾਏਗੀ, ਠੀਕ ਹੈ। ਇਸ ਦੇ ਉੱਪਰ ਵੀ ਆਪਾਂ ਨੂੰ 1 ਲੇਅਰ ਕੁਇਲਟ ਵਾਲੀ ਫੋਮ ਦੀ ਚਾਹੀਦੀ ਹੈ। ਇਸ ਤੋਂ ਬਾਅਦ ਆਪਾਂ ਜੂਟ ਵਾਲੀ ਲੇਅਰ ਉਹਦੇ ਉੱਤੇ ਰੱਖਾਂਗੇ ਔਰ ਉਸ ਤੋਂ ਬਾਅਦ ਉਹਦੇ ਉੱਤੇ ਆਪਾਂ ਰੱਖਾਂਗੇ ਕਾਟਨ ਦੀ ਲਾਈਨਿੰਗ। ਫਿਰ ਆਪਣਾ ਜਿਹੜਾ ਹੈਗਾ ਬਾਕਸ ਇਹ ਰੈਡੀ ਹੈ, ਇਹਦੇ ਉੱਤੇ ਆਪਾਂ ਕਲਰ ਇਸ ਤਰੀਕੇ ਨਾਲ ਜੋ ਤੁਸੀਂ ਕੰਮ ਕਰੋਗੇ ਤਾਂ ਫਿਨਿਸ਼ਿੰਗ ਵੀ ਜ਼ਿਆਦਾ ਆਊਗੀ। ਲਾਸਟ 'ਤੇ ਤੁਸੀਂ ਜ਼ਰੂਰ ਦੇਖਿਓ ਔਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮੱਚ।